ਸਤਿ ਸ਼੍ਰੀ ਅਕਾਲ ਜੀ। ਤੁਸੀਂ 2 ਦਿਨ ਪਹਿਲੇ ਮੇਰੀ ਇੱਕ ਵੀਡੀਓ ਦੇਖੀ ਸੀਗੀ। ਮੈਂ ਮੰਗੂ ਮੱਠ ਦੇ ਰਿਲੇਟਡ ਇੱਕ ਵੀਡੀਓ ਪਾਈ ਸੀਗੀ, ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਆ ਕੇ ਜੋ ਕਰਤੂਤ ਕੀਤੀ ਸੀਗੀ ਅਤੇ ਸਰਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਿੱਖ ਹੈ ਨਹੀਂ ਹੈ, ਹੈ ਨਾ। ਅਤੇ ਮੇਰੇ ਉਸ ਵੀਡੀਓ ਪਾਉਣ ਤੋਂ ਬਾਅਦ ਮੈਨੂੰ ਹੋਰ ਕਾਫੀ ਜਣਿਆਂ ਦੇ ਇੱਦਾਂ ਦੇ ਮੈਸੇਜਸ ਆਏ, ਕੁਛ ਇੱਦਾਂ ਦੀਆਂ ਸੀਸੀਟੀਵੀ ਫੁਟੇਜ ਵੀ ਆਈਆਂ ਜਿੱਥੇ ਉਹਨਾਂ ਨੂੰ ਮੰਗੂ ਮੱਠ ਅਤੇ ਉਹਨਾਂ ਦਾ ਜੋ ਸਾਥੀ ਹੈ ਉਹ ਚੋਰੀ ਕਰਦਾ ਦਿਖਦਾ ਹੈ, ਗੱਲਿਆਂ 'ਚੋਂ ਪੈਸੇ ਚੋਰੀ ਕਰਦੇ ਕਿਸੇ ਮੈਡੀਕਲ ਦੇ ਉੱਤੋਂ। ਇਹ ਇੱਥੇ ਮੇਰੇ ਕੋਲ ਤਾਂ ਬਾਣੇ ਦੇ ਵਿੱਚ ਆਏ, ਉੱਥੇ ਉਹ ਨੋਰਮਲ ਪੈਂਟ ਸ਼ਰਟ ਦੇ ਵਿੱਚ, ਨੋਰਮਲ ਪੱਗ ਬੰਨੀ ਦੇ ਵਿੱਚ ਗਏ। ਅਤੇ ਉੱਥੋਂ ਦੇ ਕੁਝ ਬੰਦਿਆਂ ਨੇ ਗੁਰਦਾਸਪੁਰ ਸਾਈਡ ਦੇ ਨੇ, ਜਿਨ੍ਹਾਂ ਨੇ ਮੈਨੂੰ ਵੀਡੀਓਜ਼ ਵੀ ਬਣਾ ਕੇ ਭੇਜੀਆਂ ਆਪਣੀਆਂ ਵੀ, ਉਹਨਾਂ ਦੀ ਫੁਟੇਜ ਵੀ ਭੇਜੀਆਂ ਜਿੱਥੇ ਰਹਿ ਕੇ ਜੋ ਕੁਛ ਕਰਦੇ ਰਹੇ ਨੇ ਉਹ ਚੀਜ਼ਾਂ ਵੀ ਉਹਨਾਂ ਨੇ ਕੀਤੀਆਂ। ਮੈਨੂੰ ਇੱਕ ਬਸ ਇੱਕ ਛੋਟੀ ਜਿਹੀ ਰਿਕੁਐਸਟ ਹੈ, ਇੱਕ ਬੇਨਤੀ ਹੈ ਕਿ ਕਿਸੇ ਨੂੰ ਵੀ ਕਿਸੇ ਦੇ ਕਹੇ ਦੇ ਉੱਤੇ 1 ਮਿੰਟ ਦੇ ਵਿੱਚ ਜੱਜ ਨਾ ਕਰਨ ਲੱਗ ਜਾਇਆ ਕਰੋ। ਦੁਨੀਆ ਵਿੱਚ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ, ਕਿਸੇ ਇੱਕ ਅੱਧੀ ਗਲਤੀ ਕਰਕੇ ਉਹਦੀ ਪੂਰੀ ਜ਼ਿੰਦਗੀ ਦੇ ਉੱਤੇ ਪੁਆਇੰਟ ਆਊਟ ਕੁਐਸਚਨ ਨਾ ਲਾ ਦਿਆ ਕਰੋ ਕਿ ਬੰਦਾ ਹੈ ਹੀ ਗਲਤ, ਅਤੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ। ਅਤੇ ਮੈਂ ਇਸ ਟੋਪਿਕ ਦੇ ਉੱਤੇ ਕੋਈ ਜ਼ਿਆਦਾ ਵੀਡੀਓਜ਼ ਬਣਾਉਣਾ ਨਹੀਂ ਚਾਹੁੰਦਾ, ਮੇਰੀ ਇਹ ਲਾਸਟ ਵੀਡੀਓ ਹੈ ਇਸ ਟੋਪਿਕ ਦੇ ਉੱਤੇ। ਮੈਂ ਅੱਜ ਤੋਂ ਬਾਅਦ ਇਸ ਟੋਪਿਕ ਦੇ ਉੱਤੇ ਦੁਬਾਰਾ ਗੱਲ ਵੀ ਨਹੀਂ ਛੇੜਾਂਗਾ। ਅਤੇ ਬਟ ਇਹ ਸੀਗਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿ ਨਾਮ ਲੈਂਦੇ, ਕਿਉਂਕਿ ਮੈਨੂੰ ਨਾ ਕਾਫੀ ਜਣੇ ਨੇ ਕਿਹਾ, ਕਹਿੰਦੇ ਤੂੰ ਕਿਸੇ 'ਤੇ ਇਲਜ਼ਾਮ ਲਗਾ ਰਿਹਾ ਵਾ ਇੱਕ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ। ਤਾਂ ਮੈਨੂੰ ਫਿਰ ਇਹ ਚੀਜ਼ਾਂ ਜਿਹੜੀਆਂ ਆਈਆਂ, ਮੈਨੂੰ ਲੱਗਿਆ ਕਿ ਮੈਨੂੰ ਇਹ ਤੁਹਾਡੇ ਸਾਰਿਆਂ ਅੱਗੇ ਰੱਖ ਦੇਣੀ ਚਾਹੀਦੀ ਹੈ। ਅਤੇ ਦੂਸਰਾ, ਮੈਂ ਤੁਸੀਂ ਇਹ ਵੀਡੀਓਜ਼ ਨੂੰ ਪਹਿਲੇ ਦੇਖ ਲਓ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਸੋਨੂੰ ਔਲਖ, ਪ੍ਰਧਾਨ ਹਾਂ ਲੋਕ ਇਨਸਾਫ ਮੋਰਚਾ ਪੰਜਾਬ ਦਾ। ਇੱਕ ਬੰਦਾ ਆ ਜਿਹੜਾ ਠੱਗ ਕਿਸਮ ਦਾ ਬੰਦਾ ਆ, ਧੋਖੇਬਾਜ਼, ਕਰਪਟ, ਉਹਦੀ ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਉਹ ਜਿਹੜੇ ਕੁਲਾੜ ਪੀਜ਼ਾ ਵਾਲੇ ਨੇ ਜਲੰਧਰ, ਉਹਨਾਂ ਦੇ ਜਾ ਕੇ ਉਹਨਾਂ ਨੂੰ ਧਮਕਾ ਰਿਹਾ ਔਰ ਉਹਨਾਂ ਕੋਲ ਪੈਸੇ ਮੰਗ ਰਿਹਾ ਹੈ। ਮੈਂ ਕੁਲਾੜ ਪੀਜ਼ਾ ਵਾਲੇ ਵੀਰ ਜੀ ਨੂੰ ਔਰ ਬਾਕੀ ਜਿਹੜੀ ਸਮੁੱਚੀ ਸਿੱਖ ਸੰਗਤ ਆ ਜਾਂ ਪੰਜਾਬ ਵਾਸੀ ਆ, ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹੈ ਕਿ ਉਹ ਜਿਹੜਾ ਔਰੰਜ ਦਸਤਾਰ ਵਾਲਾ ਜਿਹੜਾ ਬੰਦਾ ਆ, ਉਹ ਕੁਲਾੜ ਪੀਜ਼ਾ ਵਾਲੇ ਭਾਅ ਜੀ ਕਹਿ ਰਹੇ ਸੀ ਕਿ ਮੈਨੂੰ ਇਹਦਾ ਨੰਬਰ ਨਹੀਂ ਪਤਾ ਔਰ ਨਾਮ ਨਹੀਂ ਪਤਾ। ਮੈਂ ਤੁਹਾਨੂੰ ਇਹਦਾ ਨਾਂ ਦੱਸਦਾ, ਇਹਦਾ ਨਾਂ ਹਰਪਿੰਦਰ ਸਿੰਘ, ਛੋਟਾ ਨਾਂ ਭਿੰਡੀ ਆ, ਇਹਦਾ ਪਿੰਡ ਠੀਕਰੀਵਾਲ ਆ, ਜ਼ਿਲ੍ਹਾ ਗੁਰਦਾਸਪੁਰ ਆ। ਇਸ ਬੰਦੇ ਦਾ ਕਿਰਦਾਰ ਇਹ ਆ, ਇਹਦਾ ਮੈਂ ਪਹਿਲਾਂ ਇਹਦੇ ਬਾਰੇ ਜ਼ਿਕਰ ਕਰਦਾ, ਇਹਦਾ ਕਿਰਦਾਰ ਇਹ ਆ ਕਿ ਮੇਰੀ ਸਿਸਟਰ ਦੀ ਕੋਠੀ ਸੰਤ ਨਗਰ ਮੁਹੱਲਾ ਕਰਦੀਆਂ, ਮੇਰੇ ਜੀਜਾ ਜੀ ਇਹਨੂੰ ਇੱਥੇ ਰੱਖ ਕੇ ਗਏ ਕਿਰਾਏਦਾਰ, ਅਤੇ ਉਸ ਤੋਂ ਬਾਅਦ ਮੇਰੇ ਜੀਜਾ ਜੀ ਦੀ ਇਟਲੀ ਜਾ ਕੇ ਉੱਥੇ ਸੜਕ ਹਾਦਸੇ ਦੌਰਾਨ ਡੈਥ ਹੋ ਗਈ, ਅਤੇ ਇਸ ਬੰਦੇ ਨੇ ਇਸ ਜਿਹੜੀ ਮੇਰੀ ਭੈਣ ਦਾ ਘਰ ਆ ਉਹਦੇ 'ਤੇ ਕਬਜ਼ਾ ਕਰ ਲਿਆ, ਅਤੇ ਉਹ ਅਸਥੀਆਂ ਲੈ ਕੇ ਸਾਡੇ ਸਿਸਟਰ ਆਏ, ਅਤੇ ਜਦੋਂ ਇੱਥੇ ਆਏ ਤਾਂ ਇਹ ਸਾਨੂੰ ਅੱਗੋਂ ਕਹਿੰਦਾ ਆ ਕਿ ਤੁਸੀਂ ਕੋਰਟ ਕੋ ਸਟੇਅ ਲੈ ਕੇ ਆਓ ਜਾਂ ਇਹ ਘਰ ਪੱਕਾ ਮੇਰਾ ਹੋ ਚੁੱਕਾ ਆ। ਅਸੀਂ ਫਿਰ ਇਹਦਾ ਸਮਾਨ ਜਿਹੜਾ ਆ ਉਹ ਬਾਹਰ ਕੱਢ ਕੇ ਰੱਖਿਆ, ਇਹਦਾ ਮੈਂ ਕਿਰਦਾਰ ਤੁਹਾਨੂੰ ਇਹ ਦੱਸਦਾ ਹਾਂ, ਉਹ ਰਜਿਸਟਰੀ ਜਿਹੜੀ ਆ ਉਹ ਵੀ ਮੇਰੀ ਸਿਸਟਰ ਦੇ ਨਾਂ, ਸਭ ਕੁਛ ਸਿਸਟਰ ਦੇ ਨਾਲ, ਇਹ ਇਕੱਲਾ ਸਾਡੇ ਨਾਲ ਨਹੀਂ, ਹੋਰ ਵੀ ਘਰਾਂ ਦੇ ਵਿੱਚ ਇੱਥੋਂ ਬੜੀ ਬੜੀ ਕੁੱਟ ਖਾ ਕੇ ਜਿੱਥੋਂ ਵੜ ਜਾਂਦਾ ਹੈ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ, ਉੱਥੋਂ ਫਿਰ ਜੁੱਤੀਆਂ ਖਾ ਕੇ ਇਹ ਬਾਹਰ ਜਾਂਦਾ ਹੈ। ਔਰ ਇਹਦੇ 'ਤੇ ਵੱਖ ਵੱਖ ਥਾਣਿਆਂ ਦੇ ਵਿੱਚ ਕਾਦੀਆਂ, ਕਾਨੂੰਵਾਨ, ਆਪਣਾ ਧਾਰੀਵਾਲ, ਹੋਰ ਥਾਣਿਆਂ ਦੇ ਵਿੱਚ ਇਹਦੇ 'ਤੇ ਬਹੁਤ ਸਾਰੇ ਮੁਕੱਦਮੇ ਦਰਜ ਆ, ਚਿੱਟਾ ਵੇਚਣ ਦੇ, ਚਿੱਟਾ ਖਾਣ ਦੇ, ਕਰਪਸ਼ਨ ਦੇ। ਇੱਕ ਇਹਨੇ ਜਾਲੀ ਆਈ ਕਾਰਡ ਕਿਸੇ IPS ਔਫਿਸਰ ਦਾ ਬਣਾ ਲਿਆ, ਅਤੇ ਗੱਡੀ 'ਤੇ ਰੈੱਡ ਲਾਈਟ ਲਾ ਲਈ ਅਤੇ ਉਹਦੇ ਨਾਂ 'ਤੇ ਵੀ ਠੱਗੀਆਂ ਮਾਰਦਾ, ਉਹਦਾ ਵੀ ਇੱਥੇ ਪਰਚਾ ਦਰਜ। ਇੱਕ ਇਹਦੀ ਵੀਡੀਓ ਆ ਜਿਹੜੀ ਇਹ ਕਰ ਰਿਹਾ ਆ, ਚੋਰੀ ਕਰ ਰਿਹਾ ਉਹਦੇ ਵਿੱਚ ਮੈਡੀਕਲ ਸਟੋਰ 'ਤੇ, ਉਹਦੇ ਵਿੱਚੋਂ ਇਹਨੇ 2000 ਰੁਪਈਆ ਕੱਢਿਆ, ਅਤੇ ਉਹਦੀ 'ਤੇ ਵੀ ਇਹਦੀ ਜਿਹੜੀ ਉਹ ਮੁਕੱਦਮਾ ਦਰਜ ਹੋਇਆ। ਇਹ ਅੱਤ ਦਰਜੇ ਦਾ ਕਰਪਟ ਬੰਦਾ ਹੈ, ਇਹੋ ਜਿਹੇ ਬੰਦੇ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਠੱਗੀਆਂ ਮਾਰ ਰਹੇ ਆ। ਮੈਂ ਨਿਹੰਗ ਸਿੰਘਾਂ ਦੇ ਜਿਹੜੇ ਜਥੇਦਾਰ ਆ ਜਿਹੜੇ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਅਤੇ ਇਹਨਾਂ ਦਾ ਜਿਹੜਾ ਚਿਹਰਾ ਆ,
ਜਿਹੜੇ ਠੱਗ ਲੋਕ ਚੋਲਿਆਂ ਦੇ ਰੂਪ ਵਿੱਚ ਜਾ ਕੇ ਲੋਕਾਂ ਕੋਲ ਪੈਸਿਆਂ ਦੀ ਮੰਗ ਕਰ ਰਹੇ ਨੇ, ਠੱਗੀਆਂ ਮਾਰ ਰਹੇ ਨੇ, ਇਹਨਾਂ 'ਤੇ ਗੌਰ ਕਰਕੇ ਇਹਨਾਂ ਦੇ ਆਪਣੇ ਪੱਧਰ 'ਤੇ ਵੀ ਜਿਹੜੇ ਮੁਖੀ ਆ ਸੰਸਥਾਵਾਂ ਦੇ ਉਹ ਐਕਸ਼ਨ ਲੈਣ, ਅਤੇ ਹੋਰ ਵੀ ਇਹਦੀਆਂ ਜਿੰਨੀਆਂ ਵੀਡੀਓਜ਼ ਆ ਉਹ ਸਾਰੀਆਂ ਆਪਾਂ ਜਿਹੜੀਆਂ ਵਾ ਉਹ ਕੁਲਾੜ ਬੀਜਾ ਵਾਲੇ ਭਾਅ ਜੀ ਨੂੰ ਭੇਜ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਹਦੀ ਮੇਨ ਸੰਸਥਾ ਜਿਹੜੀ ਉਹ ਸਮਾਜ ਸੇਵਾ ਸੰਸਥਾ ਇਹ ਸਮਾਜ ਸੇਵਾ ਸੰਸਥਾ ਠੀਕਰੀਵਾਲ ਚਲਾਉਂਦਾ ਆ। ਕੋਈ ਸੰਸਥਾ ਨਹੀਂ ਹੈ ਸਿਰਫ ਠੱਗੀ ਦਾ ਆ, ਜਿੱਥੇ ਕਿਤੇ ਕੋਈ ਜਾ ਕੇ ਵਿਵਾਦ ਛਿੜਦਾ ਆ ਉੱਥੇ ਜਾ ਕੇ ਇਹ ਵਿੱਚ ਵੜ ਜਾਂਦੇ ਆ, ਉੱਥੋਂ ਫਿਰ ਇਹ ਆਪਣਾ ਵੇਂਹਦੇ ਆ ਜਾ ਕੇ ਕਿ ਸਾਨੂੰ ਇਹਦੇ ਵਿੱਚੋਂ ਕੀ ਬਚਦਾ ਆ, ਕਿੰਨੇ ਪੈਸੇ ਬਚਦੇ ਆ। ਸਿਰਫ ਇਹੀ ਇਹਨਾਂ ਦਾ ਕਾਰੋਬਾਰ ਆ। ਇਹ ਸਾਰੇ ਮੈਂ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਨੰਬਰ ਦਾ ਇਹ ਕਰਪਟ ਧੋਖੇਬਾਜ਼ ਬੇਈਮਾਨ ਬੰਦਾ ਆ, ਇਹਦੇ ਨਾਲ ਜਿਹੜੇ ਤੁਰੇ ਫਿਰਦੇ ਆ ਸਭ ਇੱਕੋ ਟੀਮ ਲੜੀ ਆ ਬਸ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਇਹਨੇ ਬਾਹਰ ਨਿਕਲ ਕੇ ਵੇਖਣਾ ਪਹਿਲਾਂ। ਵੱਧ ਕਹਿੰਦੇ ਆ ਪਹਿਲਾਂ ਕੱਟੇ ਤੇ ਹੈ ਨਾ, ਭਾਵੇਂ ਜਿੰਨੇ ਮਰਜ਼ੀ ਵੱਧ ਕਹਿੰਦੇ ਆ। 500 ਦਾ ਮੈਂ ਪਤਾ ਹੀ ਨੋਟ ਦਿਆ ਸੀ, ਬਾਕੀ ਤਾਂ ਮੈਨੂੰ ਕੁਝ ਇੰਨੀ ਨੌਲੇਜ ਨਹੀਂ ਹੁੰਦੀ। ਹੈ ਥੱਲੇ ਵੀ ਹੱਥ ਮਾਰਿਆ ਬਸ ਹੋ ਗਿਆ ਕੰਮ ਠੀਕ ਆ ਸੋ ਆਹ ਦੇਖੋ ਤੁਹਾਡੇ ਸਾਹਮਣੇ ਹੈ, ਤੁਸੀਂ ਜੋ ਇਹ ਫੁਟੇਜ ਦੇਖੀ ਜਿਹਦੇ ਵਿੱਚ ਇਹ ਗੱਲੇ 'ਚੋਂ ਪੈਸੇ ਚੋਰੀ ਕਰਦਾ ਵੀ ਇਹ ਬੰਦਾ ਜਿਹੜਾ ਕਿਰਪਾਨ ਫੜ ਕੇ ਮੇਰੀ ਦੁਕਾਨ ਦੇ ਅੰਦਰ ਸੀਗਾ, ਜਿਹਨੇ ਪੈਸੇ ਦੀ ਗੱਲ ਕੀਤੀ, ਮੰਗੂ ਮੱਠ ਦਾ ਜੋ ਸਾਥੀ ਹੈ ਜਿਹਨੇ ਆ ਹਰਕਤ ਕੀਤੀ। ਉਸ ਤੋਂ ਬਾਅਦ ਕੀ ਨਾਮ ਲੈਂਦੇ ਹੈਗੇ ਉਹਨਾਂ ਨੇ, ਭਾਈ ਸਾਹਿਬ ਨੇ ਵੀ ਦੱਸਿਆ ਕਿ ਕੀ ਹਰਕਤਾਂ ਕਰਦੇ ਨੇ, ਬਾਣੀ ਦੇ ਵਿੱਚ ਰਹਿ ਕੇ ਬਾਣੀ ਨੂੰ ਕਿਵੇਂ ਬਦਨਾਮ ਕਰਦੇ ਨੇ, ਔਰ ਆ ਕੇ ਮੈਨੂੰ ਸਰਟੀਫਾਈ ਕਰਦੇ ਨੇ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ। ਮੈਨੂੰ ਕਿਸੇ ਚੀਜ਼ ਦਾ ਇੰਨਾ ਨਹੀਂ ਦੁੱਖ ਲੱਗਾ ਸੀ, ਬੜੇ ਕਿਸੇ ਨੂੰ ਆਪਦੇ ਜੀਵਨ ਦਾ ਇਹਨਾਂ ਨੂੰ ਕੁਛ ਨਹੀਂ ਪਤਾ, ਦੂਜੇ ਨੂੰ ਆ ਕੇ ਕਿੱਦਾਂ ਆ ਕੇ ਕਲੰਕਿਤ ਕਰਨ ਦਾ ਜਾਂ ਕਿੱਦਾਂ ਕਿੱਦਾਂ ਦੇ ਵੱਡੇ ਵੱਡੇ ਟੈਗ ਲਾ ਕੇ ਕਿਸੇ ਨੂੰ ਕਿਸ ਲੈਵਲ 'ਤੇ ਬਦਨਾਮ ਕਰਦੇ ਨੇ। ਔਰ ਮੀਡੀਆ ਨੂੰ ਵੀ ਰਿਕੁਐਸਟ ਹੈ ਕਿ ਤੁਸੀਂ ਇੱਦਾਂ ਹੀ ਬਿਨਾਂ ਕਿਸੇ ਲੌਜਿਕ ਦੇ ਕਿਸੇ ਵੀ ਬੰਦੇ ਦੇ ਕੋਈ ਆ ਕੇ ਕੋਈ ਕਿਤੇ ਹੱਲਾ ਮਚਾਉਂਦਾ ਅਤੇ ਉਸ ਚੀਜ਼ ਦੀ ਵੀਡੀਓ ਵਾਇਰਲ ਕਰਨ, ਮਤਲਬ ਵੀਡੀਓਜ਼ ਬਣਾ ਕੇ ਉਹਨਾਂ ਦੀ ਬਾਈਟਸ ਚੱਕ ਕੇ ਪਾ ਦਿੰਦੇ ਹੋ, ਪਲੀਜ਼ ਥੋੜ੍ਹਾ ਪਹਿਲੇ ਵੈਰੀਫਾਈ ਕਰਿਆ ਕਰੋ ਕਿ ਉਹ ਬੰਦਾ ਹੈ ਕਿੱਦਾਂ ਦਾ ਨਹੀਂ ਹੈ। ਅਤੇ ਦੂਸਰੀ ਚੀਜ਼, ਬਹੁਤ ਸਾਰੇ ਲੋਕ ਨਾ ਇੱਕ ਚੀਜ਼ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਕਿ ਯਾਰ ਇਹਨਾਂ ਦੀ ਦੂਜੇ ਤੀਜੇ ਦਿਨ ਕੰਟਰੋਵਰਸੀ ਛਿੜੀ ਹੁੰਦੀ ਸਾਡੇ ਬਾਰੇ, ਕਿ ਸਾਡੀ ਕੋਈ ਨਾ ਕੋਈ ਕੰਟਰੋਵਰਸੀ ਛਿੜੀ ਰਹਿੰਦੀ ਹੈ, ਕਦੇ ਕੁਛ ਕਦੇ ਕੁਛ ਕਦੇ ਕੁਛ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ, ਅਸੀਂ ਇਹਨਾਂ ਚੀਜ਼ਾਂ ਤੋਂ ਜਿੰਨਾ ਭੱਜਦੇ ਹਾਂ ਧੱਕੇ ਨਾਲ ਸਾਡੀ ਝੋਲੀ ਆ ਕੇ ਪੈ ਜਾਂਦੀ ਹੈ। ਸਾਨੂੰ, ਅਸੀਂ ਬਹੁਤ ਕੋਸ਼ਿਸ਼ ਕਰੀਦੀ ਹੈ ਕਿ ਇਹਨਾਂ ਮੁੱਦਿਆਂ ਤੋਂ, ਸਾਰੀਆਂ ਚੀਜ਼ਾਂ ਤੋਂ ਅਸੀਂ ਸਿਰਫ ਆਪਣਾ ਕੰਮ ਕਰ ਕਰੀਏ, ਨੋਰਮਲ ਜਿਹੜਾ ਸੋਸ਼ਲ ਮੀਡੀਆ ਚਲਾਉਂਦੇ ਹਾਂ ਚਲਾਉਂਦੇ ਰਹੀਏ। ਅਸੀਂ ਇਹਨਾਂ ਚੀਜ਼ਾਂ ਤੋਂ ਬੜੀ ਦੂਰ ਰਹਿਣ ਦੀ ਕੋਸ਼ਿਸ਼ ਕਰੀਦੀ, ਪਰ ਫਿਰ ਵੀ ਧੱਕੇ ਨਾਲ ਕਿਤੇ ਨਾ ਕਿਤੇ ਕਨੈਕਟਡ ਹੋ ਜਾਂਦੀ। ਉਹਦਾ ਇੱਕ ਰੀਜ਼ਨ ਤੁਹਾਨੂੰ ਮੇਨ ਹੀ ਦੱਸਦਾ, ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ 'ਤੇ ਜਿੰਨੇ ਵੀ ਬੰਦੇ ਕੋਈ ਫੇਮਸ ਹੈ, ਕੋਈ ਪਬਲਿਕ ਫਿਗਰ ਹੈ, ਜਿਨ੍ਹਾਂ ਨੂੰ ਮਤਲਬ
ਚਾਹੇ ਜਿਹਨੂੰ ਵੀ ਚਾਰ ਲੋਕ ਜਾਣਦੇ ਨੇ, ਹੈ ਨਾ, ਉਹਨਾਂ ਦਾ ਕੋਈ ਕੋਈ ਮੰਨ ਲਓ ਕੋਈ ਸਿੰਗਰ ਹੈ ਜਾਂ ਕੋਈ ਇਨਫਲੂਐਂਸਰ ਹੈ, ਕੋਈ ਵੀ ਆਰਟਿਸਟ ਹੈ, ਕਿਸੇ ਦਾ ਨਾ ਕਿਸੇ ਨੂੰ ਘਰ ਦਾ ਨਹੀਂ ਪਤਾ, ਉਹ ਕਿੱਥੇ ਹੁੰਦੇ ਨੇ, ਕੀ ਕਰਦੇ ਨੇ, ਕੀ ਕਰਦੇ ਨੇ, ਕਿਵੇਂ ਰਹਿੰਦੇ ਨੇ, ਕਿਸੇ ਨੂੰ ਕਿਸੇ ਦੇ ਬਾਰੇ ਕੋਈ ਕੁਛ ਨਹੀਂ ਪਤਾ ਹੁੰਦਾ, ਉਹ ਅਗਲੇ ਆਪਣੀ ਪਰਸਨਲ ਲਾਈਫ ਨੂੰ ਲੁਕੋ ਲੈਂਦੇ ਨੇ, ਮਤਲਬ ਆਪਣੀ ਲੋਕੇਸ਼ਨਸ ਨੂੰ ਵੀ ਲੁਕੋ ਕੇ ਰੱਖਦੇ ਨੇ, ਉਹ ਕਿੱਥੇ ਰਹਿੰਦੇ ਕਿੱਥੇ ਨਹੀਂ ਰਹਿੰਦੇ। ਅਸੀਂ ਨਾ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਹਾਂ ਰੈਸਟੋਰੈਂਟ 'ਤੇ, ਵੀ ਜਿਹਦਾ ਮਨ ਕਰਦਾ ਮੂੰਹ ਚੱਕ ਕੇ ਆਉਂਦਾ ਰੈਸਟੋਰੈਂਟ ਦੇ ਉੱਤੇ, ਆ ਕੇ ਕੋਈ ਨਾ ਕੋਈ ਡਰਾਮੇਬਾਜ਼ੀ ਕਰਕੇ ਮੀਡੀਆ ਵਿੱਚ ਪੈ ਜਾਂਦੀ ਹੈ। ਉਹ ਅਸੀਂ ਉੱਥੇ ਹੋਈਏ ਚਾਹੇ ਨਾ ਹੋਈਏ, ਜਿੱਦਾਂ ਹੁਣ ਇਹਨਾਂ ਨੇ ਆ ਕੇ ਕਰਤੂਤ ਕੀਤੀ, ਆਏ ਦੁਕਾਨ ਦੇ ਬਾਹਰ, ਪਿੱਛੇ ਸਾਡੀਆਂ ਫੋਟੋ ਲੱਗੀਆਂ ਹੋਈਆਂ, ਬਾਹਰ ਖੜੇ ਹੋ ਕੇ ਦੁਕਾਨ ਦੇ ਉੱਤੇ ਆ ਕੇ ਹੱਲਾ ਕੀਤਾ, ਚਲੋ ਜੀ ਮੀਡੀਆ ਨੇ ਚੱਕ ਕੇ ਉਹਨੂੰ ਵਾਇਰਲ ਕਰ ਦਿੱਤਾ। ਬਾਰ ਬਾਰ ਸਾਡੀ ਕਿਸੇ ਨਾ ਕਿਸੇ ਐਂਗਲ ਤੋਂ ਬਦਨਾਮੀ ਹੁੰਦੀ ਰਹਿੰਦੀ ਹੈ। ਦੇਖੋ ਬਾਰ ਬਾਰ ਸਾਡਾ ਨਾਮ ਮੀਡੀਆ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ 'ਤੇ, ਕਿਉਂਕਿ ਤੁਹਾਨੂੰ ਪਤਾ ਮੀਡੀਆ ਵਾਲਿਆਂ ਦੀ ਹੈਡਲਾਈਨਸ ਹੀ ਇੱਦਾਂ ਦੀ ਹੁੰਦੀ ਹੈ, ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਲੱਗਦਾ ਹੈ ਕਿ ਯਾਰ ਇਹੀ ਸਭ ਕੁਝ ਕਰ ਰਹੇ ਨੇ, ਇਹੀ ਚੀਜ਼ਾਂ ਸਾਡੇ 'ਤੇ ਇਲਜ਼ਾਮ ਲਗਾਉਂਦੇ ਰਹਿੰਦੇ ਨੇ। ਬਟ ਤੁਸੀਂ ਇੱਕ ਚੀਜ਼ ਨੂੰ ਥੋੜ੍ਹਾ ਜੈਨੂਅਨ ਸੋਚ ਕੇ ਦੇਖੋ, ਇੱਕ ਪਰਿਵਾਰ ਵਾਲਾ ਬੰਦਾ ਜਿਹਦੇ ਘਰ ਬੱਚਾ ਵੀ ਹੈ, ਅੱਗੋਂ ਪਰਿਵਾਰ ਵੀ ਹੈ, ਕੰਮ ਕਰ ਦੀ ਜ਼ਿੰਮੇਵਾਰੀਆਂ ਵੀ ਨੇ, ਉਹਦੀ ਲਾਈਫ ਦੇ ਵਿੱਚ ਹੋਰ ਬੜਾ ਕੁਛ ਹੈਗਾ, ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ, ਬੜੀਆਂ ਬੰਦੇ ਦੇ ਕੰਮ ਘਰ ਦੀਆਂ 3600 ਚੀਜ਼ਾਂ ਹੁੰਦੀਆਂ, ਕੰਮ ਕਰ ਨੂੰ ਲੈ ਕੇ, ਘਰ ਨੂੰ ਲੈ ਕੇ, ਬੰਦਾ ਕੋਈ ਇੰਨਾ ਵਿਹਲਾ ਵੀ ਨਹੀਂ ਹੁੰਦਾ ਕਿ ਦੂਜੇ ਤੀਜੇ ਦਿਨ ਕਿਸੇ ਨਾਲ ਕੰਟਰੋਵਰਸੀਆਂ 'ਚ ਪਿਆ ਰਹੇ, ਕਿਉਂਕਿ ਮੈਂ ਇੱਕ ਪਰਿਵਾਰ ਵਾਲਾ ਵਾਂ, ਔਰ ਜਿਹੜੇ ਪਰਿਵਾਰ ਵਾਲੇ ਨੂੰ ਇਹਨਾਂ ਗੱਲਾਂ ਨੂੰ ਸਮਝਦੇ ਨੇ ਕਿ ਕੋਈ ਪਰਿਵਾਰ ਵਾਲਾ ਇੰਨਾ ਵੀ ਵਿਹਲਾ ਨਹੀਂ ਹੁੰਦਾ ਕਿ ਦੂਜੇ ਦਿਨ ਕੋਈ ਨਾ ਕੋਈ ਸਿਆਪਾ ਆਪਣੇ ਗੱਲ ਪਾਈ ਰੱਖੇ। ਅਤੇ ਮੇਰੀ ਰਿਕੁਐਸਟ ਹੈ ਕਿ ਇੱਦਾਂ ਦੀਆਂ ਚੀਜ਼ਾਂ ਨੂੰ ਨਾ, ਮੀਡੀਆ ਨੂੰ ਵੀ ਰਿਕੁਐਸਟ ਹੈ ਕਿ ਕਿਸੇ ਵੀ ਚੀਜ਼ ਨੂੰ ਇੱਕੇਦਮ ਹੁਲਾਰਾ ਨਾ ਦੇ ਦਿਆ ਕਰੋ, ਪਹਿਲੇ ਉਸ ਦੀ ਚੀਜ਼ ਨੂੰ ਦੇਖੋ। ਮੀਡੀਆ ਕਹਿੰਦੇ ਨਾ ਲੋਕਤੰਤਰ ਦਾ ਚੌਥਾ ਥੰਮ ਹੈ, ਹੈ ਨਾ, ਅਤੇ ਤੁਸੀਂ ਇੱਕ ਇਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਸਮਝਿਆ ਕਰੋ ਪਹਿਲੇ ਕਿ ਕਿਹੜੀ ਗੱਲ ਦਾ ਲੋਜਿਕ ਨਿਕਲਦਾ, ਕਿਹੜਾ ਨਹੀਂ। ਉਹ ਬੰਦਿਆਂ ਦੇ ਉੱਤੇ ਦੇਖੋ ਇਹਨਾਂ ਨੇ ਕਿੱਦਾਂ 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 ਦੇ, ਜਿਹੜੇ ਹੁਣ ਮੈਂ ਵੀਡੀਓ ਪਾਈ ਹਾਂ, ਕਿੱਦਾਂ ਕਿੱਦਾਂ ਦੇ ਇਲਜ਼ਾਮ ਵੀ ਨੇ ਉਹਨਾਂ 'ਤੇ, ਕੁਝ ਪਰਚੇ ਵੀ ਕਹਿੰਦੇ ਇੱਦਾਂ ਦੇ ਚੱਲਦੇ ਨੇ, ਅਤੇ ਕੋਈ ਵੀ ਮੂੰਹ ਚੱਕ ਕੇ ਆ ਕੇ ਕਿਸੇ ਬਾਰੇ ਕੁਝ ਬੋਲਣਾ ਸ਼ੁਰੂ ਕਰ ਦਿੰਦਾ, ਤਾਂ ਪਲੀਜ਼ ਮੀਡੀਆ ਨੂੰ ਰਿਕੁਐਸਟ ਹੈ, ਪਲੀਜ਼ ਹਰ ਚੀਜ਼ ਨੂੰ ਵੈਰੀਫਾਈ ਕਰਕੇ, ਮਤਲਬ ਅੱਗੇ ਤੁਸੀਂ ਪਬਲਿਕ ਦੇ ਵਿੱਚ ਲਿਆਇਆ ਕਰੋ, ਕਿਉਂਕਿ ਪਤਾ ਕੀ ਹੈ, ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮੀਡੀਆ। ਮੀਡੀਆ ਕਿੱਦਾਂ ਦੀ ਪਾਵਰ ਹੈ, ਕਿਸੇ ਦੀ ਵੀ ਛਵੀ ਨੂੰ ਬਣਾ ਵੀ ਸਕਦੀ ਹੈ, ਕਿਸੇ ਦੀ ਛਵੀ ਨੂੰ ਖਰਾਬ ਵੀ ਕਰ ਸਕਦੀ ਹੈ। ਔਰ ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਜੇ ਸਾਡੇ ਵਾਰ-ਵਾਰ ਕੱਲ੍ਹ ਨੂੰ ਆ ਕੇ ਫਿਰ ਕੋਈ ਆ ਕੇ ਦੁਕਾਨ ਦੇ ਉੱਤੇ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਦਾ, ਉਹ ਚੱਕ ਕੇ ਫਿਰ ਮੀਡੀਆ ਦੇ ਵਿੱਚ ਆ ਜਾਵੇ, ਤਾਂ ਮੇਰੀ ਰਿਕੁਐਸਟ ਹੈ ਪਲੀਜ਼ ਕਿਸੇ ਵੀ ਜਣੇ ਖੜੇ ਐਰੇਗੇਰੇ ਨੂੰ ਇੱਦਾਂ ਆ ਕੇ ਕਿਸੇ ਵੀ ਦੀ ਜ਼ਿੰਦਗੀ ਦੇ ਬਾਰੇ ਖਿਲਾਫ਼ ਬੋਲਣ ਦੇ ਉੱਤੇ ਪਲੀਜ਼ ਉਸ ਚੀਜ਼ ਨੂੰ ਪਹਿਲੇ ਇੱਕ ਵਾਰੀ ਵੈਰੀਫਾਈ ਕਰਿਆ ਕਰੋ ਕਿ ਉਹ ਕਿੰਨੀ ਕੁ ਜੈਨੂਨ ਹੈ, ਕਿੰਨੀ ਕੁ ਨਹੀਂ, ਕਿਉਂਕਿ ਪਤਾ ਕੀ ਹੈ, ਇੱਦਾਂ ਤਾਂ ਕਦੇ ਵੀ ਕੁਝ ਖਤਮ ਹੀ ਨਹੀਂ ਹੋਊਗਾ। ਅੱਜ ਇਹ ਗੱਲ ਹੋਈ, ਕੱਲ੍ਹ ਨੂੰ ਪਰਸੋਂ ਚੌਥੇ ਫਿਰ ਕੋਈ ਹੋਰ ਗੱਲ ਨਵੀਂ ਹੋ ਜਾਏਗੀ, ਤੀਜੇ ਦਿਨ ਫਿਰ ਕੋਈ ਗੱਲ ਹੋ ਜਾਏਗੀ, ਪਰ ਉਹਦੇ ਵਿੱਚ ਬਦਨਾਮੀ ਕੀ ਹੁੰਦੀ ਹੈ, ਜਿੱਥੇ ਕੁੱਲੜ ਪੀਜ਼ਾ ਕਪਲ ਜਾਂ ਸਹਿਜ ਰੋੜਾ ਲਿਖਿਆ ਜਾਂਦਾ, ਉੱਥੇ ਬਦਨਾਮੀ ਸਾਡੀ ਹੁੰਦੀ ਹੈ। ਕੀ ਗੱਲ ਹੈ, ਕੀ ਨਹੀਂ ਗੱਲ, ਕੋਈ ਨਹੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਬਸ ਇਹ ਕਿ ਸਾਡਾ ਨਾਮ ਆ ਗਿਆ, ਲੋਕ ਵੀ ਕਮੈਂਟਾਂ 'ਚ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਇਹ ਇੱਦਾਂ ਹੈ, ਉੱਦਾਂ ਹੈ, ਇੱਦਾਂ, ਇਹਨਾਂ ਦਾ ਕੋਈ ਨਾ ਕੋਈ ਰੌਲਾ ਛਿੜਿਆ ਰਹਿੰਦਾ। ਤਾਂ ਰਿਕੁਐਸਟ ਹੈ ਯਾਰ, ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ, ਅਸੀਂ ਨੋਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਨੋਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ, ਅਤੇ ਇਹਨਾਂ ਮੁੱਦਿਆਂ ਤੋਂ ਨਾ ਸਾਨੂੰ ਪਰੇ ਰੱਖੋ। ਜੇ ਸਾਡੇ ਖਿਲਾਫ਼ ਕੋਈ ਵੀਡੀਓ ਆਉਂਦੀ ਵੀ ਹੈ ਤਾਂ ਪਲੀਜ਼ ਇਗਨੋਰ ਕਰ ਦਿਆ ਕਰੋ, ਜੇ ਕੋਈ ਪੈਂਦੀ ਵੀ ਹੈ। ਜੇ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਯਾਰ, ਦੇਖੋ ਤੁਸੀਂ ਵੀ ਪਰਿਵਾਰ ਵਾਲੇ ਹੋ, ਚਲੋ ਅੱਜ ਤੁਸੀਂ ਨਹੀਂ ਵਿਆਹੇ, ਕੋਈ ਕੱਲ੍ਹ ਨੂੰ ਤੁਸੀਂ ਵੀ ਵਿਆਹੇ ਜਾਣਾ, ਘਰ ਨੂੰ ਤੁਹਾਡੇ ਵੀ ਧੀਆਂ ਭੈਣਾਂ ਨੇ, ਹਰ ਚੀਜ਼ ਹੈ, ਹਰ ਇੱਕ ਦੀ ਜ਼ਿੰਦਗੀ, ਹਰ ਕੋਈ ਬੰਦਾ ਨਾ ਐਡੇ ਸਿਆਪਿਆਂ ਦੇ ਵਿੱਚੋਂ ਨਹੀਂ ਸਰਵਾਈਵ ਕਰ ਪਾਉਂਦਾ। ਤਾਂ ਆਪਣੇ ਮਤਲਬ ਮੈਨੂੰ ਆਪਣੀ ਥਾਂ 'ਤੇ ਰੱਖ ਕੇ ਦੇਖੋ ਕਿ ਅਗਰ ਮੇਰੀ ਜਗ੍ਹਾ ਤੁਸੀਂ ਹੋਵੋ ਕਿ ਤੁਸੀਂ ਇਹ ਰੋਜ਼ ਰੋਜ਼ ਦੇ ਇੰਨੇ ਸਿਆਪਿਆਂ ਦੇ ਵਿੱਚੋਂ ਰੋਜ਼ ਇੰਨੇ ਇੰਨੇ ਜਵਾਬ ਦੇਣਾ, ਮੈਨੂੰ ਤੁਸੀਂ ਮੰਨੋਗੇ, ਮੈਨੂੰ ਇੱਦਾਂ ਦੀਆਂ ਵੀਡੀਓਜ਼ ਬਣਾਉਣੀਆਂ ਚੰਗੀਆਂ ਵੀ ਨਹੀਂ ਲੱਗਦੀਆਂ ਕਿ ਕਦੇ ਕਿਸੇ ਦੀ ਕਿਸੇ ਬਾਰੇ ਕੁਛ ਬੋਲਣਾ ਕੁਛ। ਮੈਂ ਅੱਜ ਤੱਕ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਸੀ ਆਪਣੀ ਨੋਰਮਲ ਲਾਈਫ ਦੇ ਉੱਤੇ, ਵਲੌਗ ਬਣਾ ਲਏ ਜਾਂ ਆਪਣੇ ਕੰਮ ਕਾਰ ਨੂੰ ਕਰਦੇ ਦਿਖਾ ਦਿੱਤਾ, ਇਹੀ ਚੀਜ਼ਾਂ ਦੇ ਉੱਤੇ ਹੀ ਅਸੀਂ ਹਮੇਸ਼ਾ ਆਪਣੇ ਚੈਨਲਸ ਦੇ ਉੱਤੇ ਹਮੇਸ਼ਾ ਪੋਜ਼ਿਟਿਵਿਟੀ ਹੀ ਸਪਰੈਡ ਕੀਤੀ ਹੈ, ਅਤੇ ਚੰਗੀਆਂ ਚੀਜ਼ਾਂ ਹੀ ਤੁਹਾਨੂੰ ਪਤਾ ਹਮੇਸ਼ਾ ਅਸੀਂ ਲੈ ਕੇ ਅੱਗੇ ਆਉਂਦੇ ਰਹੇ ਹਾਂ।
ਜੋ ਵੀ ਹੈ ਰਿਕੁਐਸਟ ਹੈ, ਪਲੀਜ਼ ਤੁਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਹੋ, ਸਾਡੀ ਇਮੇਜ ਦੇ ਉੱਤੇ ਨਾ ਤੁਸੀਂ ਕਿਨਮ ਲੈਂਦੇ। ਦੇਖੋ ਕਹਿੰਦੇ ਨਾ ਸਮਾਂ ਸਭ ਕੁਝ ਠੀਕ ਕਰ ਦਿੰਦਾ, ਅਤੇ ਅਸੀਂ ਵੀ ਉਸ ਸਮੇਂ ਦੀ ਉਡੀਕ ਦੇ ਵਿੱਚ ਹਾਂ ਕਿ ਸਾਡੀ ਜ਼ਿੰਦਗੀ 'ਚ ਸਭ ਕੁਝ ਕਦੋਂ ਨੋਰਮਲ ਹੋਏਗਾ, ਸਾਡੀ ਜ਼ਿੰਦਗੀ 'ਚ ਸਭ ਕੁਝ ਠੀਕ ਹੋਏਗਾ। ਤਾਂ ਪਲੀਜ਼ ਉਸ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਤੁਸੀਂ ਹੀ ਕਰ ਸਕਦੇ ਹੋ, ਤਾਂ ਪਲੀਜ਼ ਪੋਜ਼ਿਟਿਵਿਟੀ ਸਪਰੈਡ ਕਰੋ, ਨੈਗੇਟਿਵਿਟੀ ਸਪਰੈਡ ਨਾ ਕਰੋ। ਕਹਿੰਦੇ ਨਾ ਆਪਾਂ ਚੰਗਾ ਬੀਜਾਂਗੇ ਚੰਗਾ ਉੱਗੇਗਾ, ਹੈ ਨਾ। ਜੇ ਤੁਸੀਂ ਵੀ ਸਾਡੇ ਲਈ ਖੁਸ਼ੀਆਂ ਅੱਗੇ ਦਿਓਗੇ ਤਾਂ ਰੱਬ ਤੁਹਾਡੇ ਘਰ ਵੀ ਖੁਸ਼ੀਆਂ ਦਊਗਾ। ਤਾਂ ਪਲੀਜ਼ ਇਸ ਗੱਲ ਨੂੰ ਮੈਂ ਇੱਥੇ ਖਤਮ ਕਰਦਾ, ਅਤੇ ਥੈਂਕ ਯੂ ਸੋ ਮਚ। ਮੈਂ ਇਸ ਤੋਂ ਜ਼ਿਆਦਾ ਨਹੀਂ ਗੱਲ ਕਰਾਂਗਾ, ਔਰ ਅੱਜ ਤੋਂ ਬਾਅਦ ਮੇਰੀ ਇਹਨਾਂ ਦੇ ਇੱਦਾਂ ਦੇ ਟੋਪਿਕਸ ਦੇ ਉੱਤੇ ਕੋਈ ਵੀਡੀਓ ਨਹੀਂ ਆਊਗੀ, ਔਰ ਮੈਂ ਖੁਦ ਇਹਨਾਂ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹੁੰਦਾ। ਮੇਰੇ ਕੋਲ ਬਾਰ ਬਾਰ ਇੱਦਾਂ ਦੀਆਂ ਗੱਲਾਂ ਦੇ ਉੱਤੇ ਬੋਲਣਾ ਚੰਗਾ ਵੀ ਨਹੀਂ ਲੱਗਦਾ ਮੈਨੂੰ। ਚੰਗਾ ਜੀ, ਸਤਿ ਸ਼੍ਰੀ ਅਕਾਲ।